अच्छा भाई जी, गल ये भी डिग्रियां भी कर लिया ना, अपने आम हुंदा कि यार भी हैंडीकैप्ट आ, कोटे दे विच कितना कितने नौकरी मिल जू, उधरले पासे नहीं उह कीता ट्राइयां मार के? ट्राई मारी भाई, काफ़ी टाइम ट्राई मारी ते, पर जो नहीं कोई गल बनी फिर दुकानदारी की, दुकाना का आप काम किया, अपनी अज भी डैडी फादर साहब अपने सामने है। तो उस तो बाद आप फिर सोचा भी आप खेती भी नाल नाल शुरू करिए, फिर आप खेती वाल भी आए। खेती वाल लॉकडाउन सीगा उदों ते गड्डी दे उत्ते सब्जी बेचण जांदे सीगे, संग नहीं लगी जां किसे ने ऐ नहीं कीता टीचर ने कीते भी भाई यार आ की काम यार, हुण तूं पहलां तां बीजण वाला काम ले लिया भी कणक झोने वाले पासे इधर आ गया, हुण नाल दी नाल भी आ रेहड़ी लाउण वाला काम भी कर लग गया? नहीं, मैं कई कहिंदे लॉकडाउन खराब कर गया जी, पर मैं कहना भी लॉकडाउन मैनूं इक सेध दे गया, क्योंकि पहलां मैं बेरोजगार फिरदा रहिंदा कि इधर वड़ जी कितें उधर वड़, पानी लाता कणक नूं तां चल मुड़ के वेहले, पर हुण मैनूं वेहल तां इक मिंट दी भी है नहीं अपने, सवेरे आ जाना शाम नूं जाणा चिकंदर धनिया पालक मेथे होर काफी वैरायटियां अपनियां मार्केट दे। सरकारां दे उत्ते कदे उम्मीद नहीं रखी है ना बोली, ਤਾਂ ਪਰ ਆਪਦੇ ਵਾਲੇ ਪਾਸੇ ਆ, ਹੁਣ ਇਧਰਲੇ ਪਾਸੇ ਉਮੀਦ ਸੀਗੀ ਯਾਰ ਵੀ ਕੰਮ ਚੱਲ ਪਊਗਾ, ਜਾਂ ਮਤਲਬ ਇਹ ਨਾ ਹੋਵੇ ਕਿ ਯਾਰ ਡੋਬਾ ਨਾ ਹੋ ਜੇ, ਕੋਈ ਨੁਕਸਾਨ ਨਾ ਹੋ ਜੇ? ਜੇ ਅੱਜ ਘਾਟਾ ਹੋਊ ਕੱਲ੍ਹ ਨੂੰ ਵੱਧਦਾ ਵੀ ਹੋਊ, ਮੇਰਾ ਨੁਕਸਾਨ ਵੀ ਹੋਇਆ ਵੀਰੇ। ਅੱਛਾ, ਪਿਛਲੇ ਜਦੋਂ ਮੈਂ ਸਟਾਰਟਿੰਗ ਕੀਤਾ ਸੀ, ਮੇਰੀ ਗੋਭੀ ਦੀ ਪਨੀਰੀ ਮਰ ਗਈ, ਮੇਰੀ ਮੂਲੀ ਮਰ ਗਈ, ਮੇਰਾ ਪਾਲਕ ਮਰ ਗਿਆ, ਜਿਨ੍ਹਾਂ ਦਿਨਾਂ ਦੇ ਵਿੱਚ ਗੋਭੀ ਆਪਣਾ ਪਾਲਕ ਦਾ ਰੇਟ 40 ਰੁਪਏ ਬੂਟੀ ਸੀ, ਉਹਨਾਂ ਦਿਨਾਂ ਦੇ ਵਿੱਚ ਮੇਰਾ ਪਾਲਕ, ਉਦੋਂ ਮਤਲਬ ਫਿਰ ਕਿਵੇਂ ਉੱਠੇ ਕਿਵੇਂ ਬਹਾਲ ਕਿਵੇਂ, ਕਿਉਂਕਿ ਜਦੋਂ ਇੱਕ ਵਾਰੀ ਆਪਣੇ ਫਸਲ ਕਈ ਵਾਰੀ ਹੁੰਦਾ ਕਿ ਯਾਰ। ਹਾਂਜੀ, ਮੈਨੂੰ ਇੱਦਾਂ ਲੱਗਿਆ ਜੇ ਚਲੋ ਜੇ ਆਪਾਂ ਅੱਜ ਡਿੱਗੇ ਹਾਂ ਤਾਂ ਹੋ ਸਕਦਾ ਮੈਂ ਕੱਲ੍ਹ ਨੂੰ ਬੈਟਰ ਵੀ ਕਰ ਦਈਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਾ ਟੀਵੀ, ਮੈਂ ਜਸਪਾਲ ਮਾਨ, ਪੰਜਾਬ ਲੋਕਮਾ ਟੀਵੀ ਦੇ ਖਾਸ ਪ੍ਰੋਗਰਾਮ ਐਗਰੋ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਔਰ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਵੱਖ ਵੱਖ ਕਿਸਾਨਾਂ ਦੇ ਰੂਬਰੂ ਕਰਾਉਂਦੇ ਹਾਂ ਜਿਹੜੇ ਵੱਖਰੀਆਂ ਫਸਲਾਂ ਵੱਖਰੇ ਤਰੀਕੇ ਦੀ ਖੇਤੀ ਕਰਦੇ ਆ, ਇਸੇ ਤਰੀਕੇ ਦੀ ਖੇਤੀ ਕਰਦੇ ਆ। ਰਾਜਵਿੰਦਰ ਖੋਸਾ ਸਾਡੇ ਨਾਲ ਨੇ, ਧੂਰਕੋਟ ਪਿੰਡ ਆ ਇਹਨਾਂ ਦਾ, ਅਤੇ ਇਹਨਾਂ ਦੇ ਕੋਲ ਪਹੁੰਚੇ ਹੋਏ ਆ ਫਾਰਮ ਦੇ ਉੱਤੇ। ਛੋਟੀ ਜ਼ਮੀਨ ਆ ਪਰ ਫਿਰ ਵੀ ਹੌਸਲੇ ਵੱਡੇ ਨੇ, ਔਰ ਲਗਾਤਾਰ ਆ ਜਿਹੜਾ ਆਪਣੇ ਪਰਿਵਾਰ ਦਾ ਔਰ ਆਪਣਾ ਵੀ ਖਰਚਾ ਵਧੀਆ ਚਲਾ ਰਹੇ ਆ, ਨਾਲ ਦੀ ਨਾਲ ਕਮਾਈ ਵੀ ਕਰ ਰਿਹਾ, ਦੂਸਰੇ ਲੋਕਾਂ ਵਾਸਤੇ ਇੱਕ ਮਿਸਾਲ ਵੀ ਆ। ਬਾਈ ਜੀ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ ਜੀ, ਸਭ ਤੋਂ ਪਹਿਲਾਂ ਜਾਂ ਥੋੜ੍ਹਾ ਇਹਨਾਂ ਆਪਦੇ ਬਾਰੇ ਦੱਸ ਦਿਓ, ਦੋ ਕੁ ਮਤਲਬ ਦੋ ਕੁ ਲਾਈਨਾਂ 'ਚ ਤਾਂ ਜੋ ਪਤਾ ਲੱਗ ਸਕੇ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਇਸ ਟੀਮ ਦਾ ਮੇਰੇ ਪਿੰਡ ਆਉਣ 'ਤੇ ਤਹਿ ਦਿਲੋਂ ਧੰਨਵਾਦ ਆ। ਮੇਰਾ ਨਾਂ ਰਾਜਵਿੰਦਰ ਸਿੰਘ ਆ ਜੀ, ਧੂਰਕੋਟ ਮੇਰਾ ਪਿੰਡ ਆ, ਫਰੀਦਕੋਟ ਜ਼ਿਲ੍ਹੇ ਦਾ ਮੈਂ ਰਹਿਣ ਵਾਲਾ, ਅਤੇ ਸਟੱਡੀ ਦੀ ਗੱਲ ਆ ਜੀ, ਮੈਂ ਬੀ ਏ ਕੀਤੀ ਹੋਈ ਨਾਲ, ਉੱਥੇ ਸਟੈਨੋ ਦੇ ਨਾਲ ਆਪਣਾ ਡੀ ਸੀ ਏ ਕੰਪਿਊਟਰ ਕੀਤਾ ਹੋਇਆ, ਅਤੇ ਮੈਂ ਪਿਛਲੇ 2 ਸਾਲਾਂ ਤੋਂ ਸਬਜ਼ੀ ਦੀ ਖੇਤੀ ਕਰ ਰਿਹਾ, ਅਤੇ ਕਣਕ ਝੋਨੇ ਦੀ ਖੇਤੀ ਤਾਂ ਆਪਾਂ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹਾਂ ਜੀ। ਅੱਛਾ ਬਾਈ ਜੀ, ਗੱਲ ਇਹ ਵੀ ਡਿਗਰੀਆਂ ਵੀ ਕਰ ਲਈਆਂ ਨਾ, ਆਪਣੇ ਆਮ ਹੁੰਦਾ ਕਿ ਯਾਰ ਵੀ ਹੈਂਡੀਕੈਪਟ ਆ, ਕੋਟੇ ਦੇ ਵਿੱਚ ਕਿਤੇ ਨਾ ਕਿਤੇ ਨੌਕਰੀ ਮਿਲ ਜੂ, ਉਧਰਲੇ ਪਾਸੇ ਨਹੀਂ ਉਹ ਕੀਤਾ ਟਰਾਈਆਂ ਮਾਰੀਆਂ? ਟਰਾਈ ਮਾਰੀ ਬਾਈ, ਕਾਫੀ ਟਾਈਮ ਟਰਾਈ ਮਾਰੀ ਅਤੇ, ਪਰ ਜਦੋਂ ਨਹੀਂ ਕੋਈ ਗੱਲ ਬਣੀ ਫਿਰ ਦੁਕਾਨਦਾਰੀ ਕੀਤੀ, ਦੁਕਾਨਾਂ ਦਾ ਆਪਾਂ ਕੰਮ ਕੀਤਾ, ਉਹ ਆਪਣੀ ਅੱਜ ਵੀ ਡੈਡੀ ਫਾਦਰ ਸਾਹਿਬ ਆਪਣੇ ਸਾਹਮਣੇ ਆ। ਅਤੇ ਉਸ ਤੋਂ ਬਾਅਦ ਆਪਾਂ ਫਿਰ ਸੋਚਿਆ ਵੀ ਆਪਾਂ ਖੇਤੀ ਵੀ ਨਾਲ ਨਾਲ ਸ਼ੁਰੂ ਕਰੀਏ, ਫਿਰ ਆਪਾਂ ਖੇਤੀ ਵੱਲ ਵੀ ਆਏ ਨਾ। ਖੇਤੀ ਵੱਲ ਆ ਗਏ। ਹੁਣ ਕੀ ਮਤਲਬ ਸਬਜ਼ੀਆਂ ਕਿਹੜੀਆਂ ਕਿਹੜੀਆਂ ਬੀਜ ਰਹੇ ਹੋ? ਲਗਭਗ ਸੀਜ਼ਨ ਵਾਲੀਆਂ ਸਬਜ਼ੀਆਂ ਸਾਰੀਆਂ ਆ ਜਾਂਦੀਆਂ ਨੇ? ਲਗਭਗ ਆਪਣੇ ਕੋਲ ਸੀਜ਼ਨ ਵਾਲੀਆਂ ਸਬਜ਼ੀਆਂ ਹੀ ਹੁੰਦੀਆਂ ਜੀ, ਅਤੇ ਹੁਣ ਆਪਣੇ ਕੋਲ 3-4 ਵਰਾਇਟੀਆਂ ਆਪਣੀਆਂ ਚੱਲ ਰਹੀਆਂ, ਫੁੱਲ ਗੋਭੀ, ਪੱਤਾ ਗੋਭੀ, ਮੂਲੀ, ਅਤੇ ਚਿਕੰਦਰ, ਧਨੀਆ ਪਾਲਕ ਮੇਥੇ, ਹੋਰ ਕਾਫੀ ਵਰਾਇਟੀਆਂ ਆਪਣੀਆਂ ਮਾਰਕੀਟ ਦੇ ਵਿੱਚ ਚੱਲ ਰਹੀਆਂ। ਲੋਕਡਾਊਨ ਸੀਗਾ ਉਦੋਂ, ਅਤੇ ਗੱਡੀ ਦੇ ਉੱਤੇ ਸਬਜ਼ੀ ਵੇਚਣ ਜਾਂਦੇ ਸੀਗੇ, ਸੰਗ ਨਹੀਂ ਲੱਗੀ ਜਾਂ ਕਿਸੇ ਨੇ ਐ ਨਹੀਂ ਕੀਤਾ ਟੀਚਰ ਨੇ ਕੀਤੇ ਵੀ ਬਾਈ ਯਾਰ ਆਹ ਕੀ ਕੰਮ ਯਾਰ, ਹੁਣ ਤੂੰ ਪਹਿਲਾਂ ਤਾਂ ਬੀਜਣ ਵਾਲਾ ਕੰਮ ਲੈ ਲਿਆ ਵੀ ਕਣਕ ਝੋਨੇ ਵਾਲੇ ਪਾਸੇ ਉੱਧਰ ਆ ਗਿਆ, ਹੁਣ ਨਾਲ ਦੀ ਨਾਲ ਵੀ ਆ ਰੇਹੜੀ ਲਾਉਣ ਵਾਲਾ ਕੰਮ ਵੀ ਕਰਨ ਲੱਗ ਗਿਆ? ਨਹੀਂ, ਮੈਂ ਕਈ ਕਹਿੰਦੇ ਲੋਕਡਾਊਨ ਖਰਾਬ ਕਰ ਗਿਆ ਜੀ, ਪਰ ਮੈਂ ਕਹਿਣਾ ਵੀ ਲੋਕਡਾਊਨ ਮੈਨੂੰ ਇੱਕ ਸੇਧ ਦੇ ਗਿਆ, ਕਿਉਂਕਿ ਪਹਿਲਾਂ ਮੈਂ ਬੇਰੁਜ਼ਗਾਰ ਫਿਰਦਾ ਰਹਿੰਦਾ, ਕਿਤੇ ਇੱਧਰ ਵੜ ਜੀ ਕਿਤੇ ਉੱਧਰ ਵੜ, ਪਾਣੀ ਲਾਤਾ ਕਣਕ ਨੂੰ ਤਾਂ ਚੱਲ ਮੁੜ ਕੇ ਵਿਹਲੇ, ਪਰ ਹੁਣ ਮੈਨੂੰ ਵਿਹਲ ਤਾਂ ਇੱਕ ਮਿੰਟ ਦੀ ਵੀ ਹੈ ਨਹੀਂ ਆਪਣੇ ਕੋਲ, ਸਵੇਰੇ ਆ ਜਾਣਾ ਸ਼ਾਮ ਨੂੰ ਜਾਣਾ, ਇੱਥੇ ਹੀ ਦੇਣਾ, ਇੱਥੇ ਹੀ ਰਾਤ ਬਸ ਆਪਣਾ। ਮੈਂ ਬਾਈ ਦੀ ਗੱਲ ਦੇ ਵਿੱਚ ਥੋੜ੍ਹੀ ਚੀਜ਼ ਐਡ ਆਨ ਕਰ ਦਿੰਦਾ ਕਿ ਇਹ ਟ੍ਰੇਨਿੰਗ ਵਾਸਤੇ ਚੱਲੇ ਸੀ, ਤਿਆਰ ਹੋਇਆ, ਇਹ ਨਾ ਸਮਝ ਲਿਓ ਕਿਤੇ ਵੀ ਤਿਆਰ ਵੈਰ ਹੋ ਕੇ ਆਪ ਨਹੀਂ ਕੰਮਕਾਜ ਕਰਦੇ, ਕੰਮਕਾਜ ਸਾਰਾ ਹੱਥੀਂ ਕਰਦੇ ਨੇ, ਪਰ ਇਹ ਕਿਸੇ ਟ੍ਰੇਨਿੰਗ ਦੇ ਉੱਤੇ ਜਾ ਰਹੇ ਸੀ, ਇਸ ਕਰਕੇ ਜਿਹੜਾ ਇਹਨਾਂ ਨੇ ਸਮਾਂ ਇਹਨਾਂ ਤੋਂ ਲਿਆ, ਔਰ ਸਮਾਂ ਵੀ ਥੋੜ੍ਹਾ ਸੀਗਾ। ਅੱਛਾ ਬਾਈ, ਆਪਾਂ ਗੱਲ ਕਰ ਰਹੇ ਸੀ ਪਹਿਲਾਂ ਕਿ ਯਾਰ ਸਰਕਾਰਾਂ ਦੇ ਉੱਤੇ ਕਦੇ ਉਮੀਦ ਨਹੀਂ ਰੱਖੀ ਹੈ ਨਾ ਬੋਲੀ,
ਤਾਂ ਪਰਾਬ ਦੇ ਵਾਲੇ ਪਾਸੇ ਆ ਹੁਣ ਇਧਰਲੇ ਪਾਸੇ ਉਮੀਦ ਸੀਗੀ ਯਾਰ ਵੀ ਕੰਮ ਚੱਲ ਪਊਗਾ ਜਾਂ ਮਤਲਬ ਇਹ ਨਾ ਹੋਏ ਕਿ ਯਾਰ ਡੋਬਾ ਨਾ ਹੋ ਜੇ ਕੋਈ ਨੁਕਸਾਨ ਨਾ ਹੋ ਜੇ ਇਹਨਾਂ ਚੀਜ਼ਾਂ ਦਾ ਡਰ ਸੀਗਾ ਮਨ 'ਚ ਧਰਕੂ ਤਾਂ ਹੋਣਾ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਇਹ ਤਾਂ ਹੁੰਦਾ ਹੀ ਹਰੇਕ ਨੂੰ ਜਦੋਂ ਆਪਾਂ ਕਿਸੇ ਵੀ ਨਵੇਂ ਕੰਮ ਦੇ ਵਿੱਚ ਵੜਦੇ ਹਾਂ ਤਾਂ ਠੀਕ ਆਪਾਂ ਨੂੰ ਡਾਊਟ ਤਾਂ ਹੁੰਦਾ ਯਾਰ ਘਾਟਾ ਹੋਜੂ ਨੁਕਸਾਨ ਹੋਜੂਗਾ ਜੇ ਅੱਜ ਘਾਟਾ ਹੋਊਗਾ ਕੱਲ੍ਹ ਨੂੰ ਵਾਧਾ ਵੀ ਹੋਊਗਾ ਮੇਰਾ ਨੁਕਸਾਨ ਵੀ ਹੋਇਆ ਵੀਰੇ ਅੱਛਾ ਪਿਛਲੇ ਜਦੋਂ ਮੈਂ ਸਟਾਰਟਿੰਗ ਕੀਤਾ ਸੀ ਮੇਰੀ ਗੋਭੀ ਦੀ ਪਨੀਰੀ ਮਰ ਗਈ ਮੇਰੀ ਮੂਲੀ ਮਰ ਗਈ ਮੇਰਾ ਪਾਲਕ ਮਰ ਗਿਆ ਜਿਨ੍ਹਾਂ ਦਿਨਾਂ ਦੇ ਵਿੱਚ ਗੋਭੀ ਆਪਣਾ ਪਾਲਕ ਦਾ ਰੇਟ 40 ਰੁਪਏ ਗੁੱਟੀ ਸੀ ਉਹਨਾਂ ਦਿਨਾਂ ਦੇ ਵਿੱਚ ਮੇਰਾ ਪਾਲਕ ਮਰਿਆ ਜਿਨ੍ਹਾਂ ਬਿਲਕੁਲ ਜਮਾਂ ਜਦੋਂ ਆਇਆ ਸੀਗਾ ਵੀ ਯਾਰ ਵੀ ਹੁਣ ਪੈਸੇ ਵੱਟੇ ਆਣਗੇ ਯਾਨੀ ਕਿ ਪੂਰੀ ਉਮੀਦ ਸੀ ਵੀ ਹੁਣ ਆਪਣੀ ਫਸਲ ਬਹੁਤ ਸੋਹਣੀ ਆ ਪਾਲਕ ਮਰਿਆ ਆਪਣੀ ਮੂਲੀ ਮਰੀ ਆਪਣਾ ਧਨੀਆ ਮਰਿਆ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਯਾਨੀ ਕਿ ਮਾਰਕੀਟ ਫੁੱਲ ਹੁੰਦੀ ਇਹਨਾਂ ਚੀਜ਼ਾਂ ਦੀ ਅਤੇ ਉਦੋਂ ਮਤਲਬ ਫਿਰ ਕਿਵੇਂ ਉੱਠੇ ਕਿਵੇਂ ਬਹਾਲ ਕਿਵੇਂ ਕਿਉਂਕਿ ਜਦੋਂ ਇੱਕ ਵਾਰੀ ਆਪਣੀ ਫਸਲ ਕਈ ਵਾਰੀ ਹੁੰਦਾ ਕਿ ਯਾਰ ਹਾਂਜੀ ਮੈਨੂੰ ਇੱਦਾਂ ਲੱਗਿਆ ਜੇ ਚਲੋ ਜੇ ਆਪਾਂ ਅੱਜ ਡਿੱਗੇ ਹਾਂ ਤਾਂ ਹੋ ਸਕਦਾ ਫਿਰ ਕੱਲ੍ਹ ਨੂੰ ਬੈਟਰ ਵੀ ਕਰ ਜਾਈਏ ਮੈਂ ਹਾਰ ਨਹੀਂ ਮੰਨੀ ਮੈਂ ਫਿਰ ਬਥੇਰੇ ਮੈਨੂੰ ਆਪਣੇ ਯਾਰਾਂ ਮਿੱਤਰਾਂ ਨੇ ਕਿਹਾ ਯਾਰ ਛੱਡ ਪਰੇ ਕਿੱਧਰ ਪੁੱਠੇ ਕੰਮਾਂ 'ਚ ਪੈਣ ਮੈਂ ਕਿਹਾ ਨਹੀਂ ਯਾਰ ਜੇ ਅੱਜ ਡਿੱਗੇ ਹਾਂ ਤਾਂ ਕੱਲ੍ਹ ਨੂੰ ਇਸ ਦੀ ਕਿਤੇ ਸਫਲਤਾ ਵੀ ਹੈਗੀ ਬਾਬੇ ਨਾਨਕ ਨੇ ਵਧੀਆ ਆਪਣਾ ਹੁਣ ਰੁਜ਼ਗਾਰ 'ਚ ਲਾਇਆ ਆਪਾਂ ਵਧੀਆ ਆਪਾਂ ਯਾਨੀ ਕਿ ਉਹ ਚੀਜ਼ ਨੂੰ ਮਹਿਸੂਸ ਨਹੀਂ ਹੁੰਦੀ ਜੇ ਆਪਾਂ ਨੁਕਸਾਨ ਨਹੀਂ ਝੱਲਦੇ ਤਾਂ ਫਿਰ ਆਪਾਂ ਨੂੰ ਫਾਇਦਾ ਨਹੀਂ ਪਤਾ ਨਹੀਂ ਲੱਗਦਾ ਵੀ ਇਹ ਨੁਕਸਾਨ ਝੱਲ ਕੇ ਆਪਾਂ ਕਿੱਥੋਂ ਤੱਕ ਪਹੁੰਚਦੇ ਗਰਮੀ ਵਾਲੀਆਂ ਸਬਜ਼ੀਆਂ ਤਾਂ ਤੁਹਾਡੇ ਕੋਲ ਲਗਭਗ ਚਲੋ ਇੱਕ ਦੋ ਹੈਗੀਆਂ ਨੇ ਜਾਂ ਪਿਛੇਤੀਆਂ ਨੇ ਹੈ ਨਾ ਇਹ ਤੋਂ ਪਹਿਲਾਂ ਸਰਦੀ ਦੇ ਵਿੱਚ ਕਿਵੇਂ ਦੱਸੀ ਜਦੋਂ ਫਰੀਦਕੋਟ ਪਹੁੰਚਦੇ ਸੀ ਕਾਰ ਦੇ ਉੱਤੇ ਲੋਕ ਪਹਿਲਾਂ ਖੜ੍ਹੇ ਹੁੰਦੇ ਸੀਗੇ ਵੀ ਹਾਂ ਬਾਈ ਆ ਜਾ ਯਾਰ ਕਿੱਥੇ ਰਹਿ ਗਿਆ ਰਾਜਵਿੰਦਰ ਯਾਰ ਕਈ ਵਾਰ ਤਾਂ ਪਹਿਲਾਂ ਹੀ ਅਗਲੇ ਦਿਨ ਮੈਨੂੰ ਫੋਨ ਕਰਕੇ ਲੋਕ ਕਹਿੰਦੇ ਯਾਰ ਕੱਲ੍ਹ ਨੂੰ ਫਲਾਣੀ ਫਲਾਣੀ ਚੀਜ਼ ਸਾਨੂੰ ਲਿਆ ਦੀ ਸਾਡੀ ਜਾਂ ਜੇ ਮੈਂ ਸਟਾਲ 'ਤੇ ਜਾ ਵੜਨਾ ਲੋਕਾਂ ਨੇ ਘਰੋਂ ਤੋਰਨਾ ਕਿ ਠੰਡ ਦਾ ਸੀਜ਼ਨ ਸੀ ਸੋਨਾ ਉੱਥੇ ਘਰੋਂ ਬੈਠਾ ਫੋਨ ਮਾਰ ਦੇਣਾ ਬਾਈ ਸਾਡੀ ਫਲਾਣੀ ਫਲਾਣੀ ਚੱਕ ਚੀਜ਼ ਤੋਲ ਕੇ ਰੱਖਦੀ ਅੱਧਾ ਅੱਧਾ ਕਿਲੋ ਕੋਈ ਕਿਲੋ ਜਿਵੇਂ ਵੀ ਪੈਕ ਕਰਕੇ ਰੱਖਦੇ ਅਸੀਂ ਆ ਗਏ ਬਸ ਆਉਣਾ ਲੋਕਾਂ ਨੇ ਪੈਕ ਕੀਤੀ ਉਹਨੂੰ ਪੈਸੇ ਦੇਣੇ ਅਤੇ ਮੁੜ ਜਾਣਾ ਅੱਛਾ ਕੋਈ ਨਵੀਂ ਵਰਾਇਟੀ ਦੀ ਵੀ ਟਰਾਈ ਮਾਰੀ ਕਿਉਂਕਿ ਮੈਨੂੰ ਪਤਾ ਤੁਸੀਂ ਕੰਮ ਕਾਜ ਤਾਂ ਕਿਤੇ ਨਾ ਕਿਤੇ ਮਤਲਬ ਇਹ ਨਵੀਂ ਨਵੀਂ ਵਰਾਇਟੀ ਦੀ ਟਰਾਈ ਮਾਰਦੇ ਰਹਿੰਦੇ ਹੋ ਹਾਂਜੀ ਐਤਕੀ ਆਪਾਂ ਦੋ ਨਵੀਆਂ ਵਰਾਇਟੀਆਂ ਬਾਹਰ ਦੀਆਂ ਆਪਣੇ ਕੋਲ ਆਈਆਂ ਹੋਈਆਂ ਅਤੇ ਉਹ ਆਪਾਂ ਆਪਣੇ ਵੀਰ ਨੇ ਘੱਲੀਆਂ ਕਿਸੇ ਨੇ ਹਰਬੰਸ ਸਿੰਘ ਨੇ ਅਤੇ ਆਪਾਂ ਉਹ ਐਤਕੀ ਟਰਾਈ ਕੀਤੇ ਆਪਣੇ ਕੋਲ ਵੱਲਾਂ ਖੜੀਆਂ ਵੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਸਦਾ ਕੀ ਰਿਜ਼ਲਟ ਆ ਠੀਕ ਹੈ ਮਨ 'ਚ ਕਈ ਵਾਰੀ ਨਾ ਕੋਈ ਚੀਜ਼ਾਂ ਹੁੰਦੀਆਂ ਨੇ ਕੁਛ ਕਿ ਯਾਰ ਵੀ ਆਹ ਕੰਮ ਕਰਨਾ ਵੀ ਹੁਣ ਆਪਾਂ ਆਹ ਤਾਂ ਮਤਲਬ ਕਰ ਲਿਆ ਨਾਲ ਕੋਈ ਇਹੋ ਜਿਹਾ ਮਨ 'ਚ ਖਾਬ ਵੀ ਹੈਗਾ ਕਿ ਯਾਰ ਵੀ ਨਾਲ ਆਪਾਂ ਆਹ ਚੀਜ਼ ਵੀ ਚਲਾਉਣੀ ਆ ਜਾਂ ਇਹਦੇ ਵਿੱਚ ਹੀ ਆਹ ਚੀਜ਼ ਦਾ ਵਾਧਾ ਕਰਨਾ ਜਾਂ ਆਪਾਂ ਕੋਈ ਆਹ ਚੀਜ਼ ਕਰਨੀ ਹੈ ਕੋਈ ਨਾ ਕੋਈ ਤਾਂ ਮਨ 'ਚ ਹੁੰਦਾ ਕਿ ਖਿਆਲ ਉਹ ਕੋਈ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਅਸੀਂ ਇੱਕ ਤਾਂ ਪਨੀਰੀਆਂ ਦਾ ਕੰਮ ਅਸੀਂ ਆਪਦੇ ਲੈਵਲ 'ਤੇ ਆਪਣੇ ਇਲਾਕੇ ਦੇ ਵਿੱਚ ਕਰ ਰਹੇ ਹਾਂ ਅੱਛਾ ਵੀ ਪਨੀਰੀ ਹਰੇਕ ਵੇਚਣੀ ਆ ਹਾਂ ਹਰੇਕ ਸਬਜ਼ੀ ਦੀ ਸੀਡ ਦੀ ਪਨੀਰੀ ਸਾਡੇ ਕੋਲੋਂ ਮਿਲੂਗੀ ਅਤੇ ਉਹਦੇ ਨਾਲ ਨਾਲ ਅਸੀਂ ਮਸ਼ਰੂਮ ਦਾ ਵੀ ਸ਼ਾਇਦ ਐਤਕੀ ਆਉਣ ਵਾਲੇ ਸੀਜ਼ਨ ਦੇ ਵਿੱਚ ਕਰਾਂਗੇ ਠੀਕ ਹੈ ਜਦੋਂ ਦਾ ਸਬਜ਼ੀ ਵਾਲੇ ਪੈਸੇ ਪੈ ਗਏ ਹੋ ਉਦੋਂ ਦਾ ਕਦੇ ਐਂ ਤਾਂ ਨਹੀਂ ਹੋਇਆ ਵੀ ਆਪਾਂ ਨੂੰ ਆਮ ਤੌਰ 'ਤੇ ਜ਼ਿਮੀਦਾਰ ਹੁੰਦਾ ਕਿ ਆੜ੍ਹਤੀ ਕਿੰਨੇ ਹੱਥ ਹੁੰਦਾ ਝਾਕ ਹੁੰਦੀ ਹੈ ਕਿ ਵੀ ਆੜ੍ਹਤੀ ਕਿੰਨੇ ਪੈਸੇ ਦੇਊਗਾ ਤਾਂ ਕੋਈ ਖਰਚਾ ਚੱਲੂਗਾ ਜਾਂ ਆਹ ਚੱਲੂਗਾ ਜਾਂ ਲਿਮਟਾਂ ਵਾਲੇ ਪਾਸੇ ਉੱਧਰਲੇ ਪਾਸੇ ਬਚਾਅ ਹੋ ਗਿਆ ਜਦੋਂ ਤਾਂ ਸਬਜ਼ੀ ਵਾਲੇ ਪਾਸੇ ਪੈ ਗਏ ਦੇਖੋ ਜੀ ਜ਼ਿਮੀਦਾਰ ਦਾ ਆੜ੍ਹਤੀ ਬਿਨਾਂ ਬਿਲਕੁਲ ਨਹੀਂ ਸਰਦਾ ਅਤੇ ਚਲੋ ਕੁਛ ਹੱਦ ਤੱਕ ਐਤਕੀ ਵੀ ਮਤਲਬ ਇਹ ਫਰਕ ਪਿਆ ਜੀ ਆਮਦਨ ਵੀ ਜਿਵੇਂ ਕਹਿ ਲਓ ਕਿ ਰੋਜ਼ਾਨਾ ਦੀ ਆਮਦਨ ਜਾਂ ਕਹਿ ਲਓ ਹਫ਼ਤੇ 10 ਦਿਨਾਂ ਬਾਅਦ ਆਮਦਨ ਆ ਜਾਣੀ ਆ ਮੈਂ ਉਹ ਉਸ ਕਰਕੇ ਕਹਿ ਰਿਹਾ ਇਹ ਚੀਜ਼ ਦਾ ਫਰਕ ਪਿਆ ਜੀ ਘਰ ਦੇ ਖਰਚੇ ਵਧੀਆ ਹੋਏ ਆ ਐਤਕੀ ਆਪਣੇ ਸੇਠਾਂ ਕੋਲ ਜਾਣ ਦੀ ਥੋੜ੍ਹੀ ਘੱਟ ਜ਼ਰੂਰਤ ਪਈ ਆ ਅੱਛਾ ਮਤਲਬ ਇਹ ਨਹੀਂ ਨਾ ਹੋਇਆ ਵੀ ਅੱਗੇ ਜਿੰਨੀ ਨਹੀਂ ਜ਼ਰੂਰਤ ਪੈਂਦੀ ਐਤਕੀ ਜਾਣ ਕੇ ਬਹੁਤ ਘੱਟ ਜ਼ਰੂਰਤ ਪਈ ਵੀ ਮਾੜੀ ਮਾੜੀ ਗੱਲ 'ਤੇ ਵੀ ਆਪਾਂ ਮੰਡੀ ਚਲ ਗਏ ਯਾਰ ਵੀ ਪੈਸੇ ਲਿਆਈਏ ਪਹਿਲਾਂ ਆੜ੍ਹਤੀਆਂ ਕੋਲੋਂ ਵੀ ਉਸ ਤਰੀਕੇ ਦਾ ਪੁੱਛ ਰਿਹਾ ਵੀ ਉਸ ਪੱਖੋਂ ਤਾਂ ਹੈ ਨਾ ਕਿਉਂਕਿ ਛਮਾਹੀ ਫਸਲ ਆਉਣੀ ਕਿੱਥੇ ਆ ਵੀ ਲਗਭਗ ਇਹ ਆ ਵੀ ਦੂਜੇ ਚੌਥੇ ਦਿਨ ਤੁਹਾਡੇ ਕੋਲ ਆਮਦਨ ਆਈ ਵਾਲੀ ਹਾਂਜੀ ਇਹ ਤਾਂ ਹੈ ਫਰਕ ਤਾਂ ਪੈਂਦਾ ਹੀ ਜਿਹੜੇ ਮੁੰਡੇ ਨਵੇਂ ਆ ਕਹਿੰਦੇ ਯਾਰ ਵੀ ਕੰਮ ਤਾਂ ਕਰਨਾ ਕਈ ਸੰਗਦੇ ਵੀ ਆ ਕਈ ਸ਼ਰਮ ਆਉਂਦੇ ਆ ਕਈ ਕਹਿੰਦੇ ਯਾਰ ਕਾਲਜ ਹੀ ਕਰ ਲੈਂਦੇ ਯਾਰ ਵੀ ਕੰਮ ਬੜਾ ਔਖਾ ਹੋਊਗਾ ਯਾਰ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਮੇਰਾ ਇਹ ਸੁਨੇਹਾ ਵੀ ਖੇਤੀ ਕੋਈ ਮਾੜਾ ਧੰਦਾ ਨਹੀਂ ਖੇਤੀ ਬਹੁਤ ਵਧੀਆ ਧੰਦਾ ਪਰ ਇਸ ਨੂੰ ਚੇਂਜ ਕਰਕੇ ਚਲਾਓ ਮਾਰਕੀਟ ਆਪ ਕਰੋ ਇੰਨਾ ਚਿਕਰ ਮਾਰਕੀਟ ਆਪਾਂ ਆਪ ਨਹੀਂ ਕਰਦੇ ਉਹਨਾਂ ਚਿਕਰ ਆਪਾਂ ਕੁਛ ਨਹੀਂ ਕਰ ਸਕਦੇ ਮਾਰਕੀਟ ਵਾਸਤੇ ਕੀ ਹੰਬਲਾ ਮਾਰਨ ਤੁਹਾਡੇ ਹਿਸਾਬ ਨਾਲ ਮਾਰਕੀਟ ਬਾਈ ਜੀ ਕੋਈ ਸਟੋਰ ਖੋਲ੍ਹ ਲੈਣਾ ਅਤੇ ਜੇ ਨਹੀਂ ਸਟੋਰ ਖੋਲ੍ਹ ਸਕਦੇ ਤਾਂ ਆਪਦਾ ਕੋਈ ਉੱਦਾਂ ਦਾ ਕੋਈ ਧੰਦਾ ਚਲਾਉਣ ਜਿਵੇਂ ਮੇਰਾ ਆਪ ਮੈਂ ਸਬਜ਼ੀਆਂ ਸੇਲ ਕਰਨਾ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਆਪ ਆਪਦੀ ਸਬਜ਼ੀ ਸੇਲ ਕਰੋ ਜਾਂ ਕੋਈ ਹੋਰ ਕੋਈ ਵੀ ਵਰਾਇਟੀ ਤੁਸੀਂ ਪੈਦਾ ਕਰਦੇ ਆਪ ਸੇਲ ਕਰੋ ਠੀਕ ਹੈ ਮਾਰਕੀਟਿੰਗ ਜੇ ਮੰਨ ਲਓ ਕਈ ਵਾਰੀ ਹੁੰਦਾ ਬੰਦੇ ਦਾ ਥੋੜ੍ਹਾ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਅਖੀਰਲਾ ਸਵਾਲ ਹੀ ਮੇਰਾ ਇਹ ਵੀ ਜਿਹੜੇ ਬੰਦੇ ਕਹਿੰਦੇ ਯਾਰ ਮਾਰਕੀਟਿੰਗ ਕਰਨੀ ਆ ਪੈਸਾ ਥੋੜ੍ਹਾ ਵੀ ਸਟੋਰ ਸਟੂਰ ਨਹੀਂ ਖੋਲ੍ਹ ਸਕਦੇ ਉਹ ਕਿਵੇਂ ਕਰਨ ਮੰਨ ਲਓ ਗੱਡੀ ਵਗੈਰਾ 'ਤੇ ਜਾ ਕੇ ਵੇਚਣੇ ਆ ਕੀ ਤਰੀਕਾ ਵਧੀਆ ਉਹਨਾਂ ਵਾਸਤੇ ਬਿਹਤਰ ਗੱਡੀ ਲੈ ਲੈਣ ਕੋਈ 25-25 ਹਜ਼ਾਰ ਦੀ ਗੱਡੀ ਮਿਲ ਜਾਂਦੀ ਆਮ ਹੀ ਅੱਜ ਤੱਕ ਮਰੂਤੀ ਲੈ ਲੈਣ ਜਾਂ ਕੋਈ ਹੋਰ ਲੈ ਲੈਣ ਹਾਂ ਅਤੇ ਆਪਦੇ ਥੋੜ੍ਹੇ ਥਾਂ ਦੇ ਵਿੱਚ ਸਟਾਰਟ ਕਰਨ
हाँ जी हाँ जी बिल्कुल दूर कर देंगे लोग तो भालते चीज़ा साढ़े तक जिमीदार आवे को जी मेहरबानी भीर जी बहुत बहुत धन्यवाद। सो ये सन राजविंदर खुसा जिन्हां नाल गलबात की। इस तरह पंजाब लोकमत टीवी नाल बने रहो। बहुत बहुत मेहरबानी, धन्यवाद।